ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਦੇ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋ। ਤੁਹਾਡਾ ਪਿਆਰ, ਤੁਹਾਡੀਆਂ ਦੁਆਵਾਂ ਇੰਨੀਆਂ ਜ਼ਿਆਦਾ ਮਿਲਦੀਆਂ ਨੇ ਕਿ ਅਸੀਂ ਵੀ ਬਹੁਤ ਤੰਦਰੁਸਤ ਹਾਂ, ਪਰਮਾਤਮਾ ਦੀ ਪੂਰੀ ਮਿਹਰ ਹੈ। ਅਤੇ ਇੰਸਟਾਗ੍ਰਾਮ ਦੇ ਉੱਪਰ ਤੁਸੀਂ ਸਾਡੀ ਵੀਡੀਓਜ਼ ਨੂੰ ਵੀ ਇੰਨਾ ਜ਼ਿਆਦਾ ਪਿਆਰ ਕਰਦੇ ਹੋ, ਯੂਟਿਊਬ ਦੇ ਉੱਪਰ ਵੀ ਪਿਆਰ ਕਰਦੇ ਹੋ, ਸਾਡੇ ਵਲੋਗਸ ਨੂੰ, ਉਹਦੇ ਲਈ ਦਿਲੋਂ ਧੰਨਵਾਦ ਕਰਦੇ ਹਾਂ ਤੁਹਾਡਾ। ਅਤੇ ਸ਼ਾਮ ਦਾ ਵੇਲਾ, ਡੇ ਟਾਈਮ ਹੈ, ਯੂ ਨੋ ਕਿ ਮੈਂ ਕੰਮ ਕਰਦਾ ਰਿਹਾ ਅੱਜ ਸਾਰਾ ਦਿਨ ਵੀ, ਕਿਉਂਕਿ ਕੋਈ ਗਾਣਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਬਣਾ ਕੇ ਦੇਣਾ ਕਿਸੇ ਪਾਰਟੀ ਨੂੰ, ਉਹ ਫਿਰ ਗਾਣਾ ਤਿਆਰ ਕਰਨ ਦੇ ਵਿੱਚ ਮੈਂ ਜੁਟਿਆ ਹੋਇਆ ਸੀ ਅੱਜ, ਅਤੇ ਹੋਪਫੁਲੀ ਕੱਲ੍ਹ ਤੱਕ ਉਹ ਡਨ ਹੋ ਜਾਏਗਾ। ਅਤੇ ਅੱਜ ਦਾ ਵਲੋਗ ਥੋੜ੍ਹਾ ਜਿਹਾ ਖਾਸ ਹੋਣ ਵਾਲਾ ਹੈ, ਸਪੈਸ਼ਲੀ ਉਹਨਾਂ ਲਈ ਜਿਹੜੇ ਮੈਨੂੰ ਵਾਰ ਵਾਰ ਪੁੱਛਦੇ ਨੇ ਕਿ ਵੀਰੇ ਤੁਸੀਂ ਇੱਕ ਲੱਤ ਨਾਲ ਗੱਡੀ ਡਰਾਈਵ ਕਿਵੇਂ ਕਰਦੇ ਹੋ, ਹੈ ਨਾ। ਅਤੇ ਅੱਜ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਊਂਗਾ, ਦਿਖਾਊਂਗਾ, ਠੀਕ ਹੈ, ਵੀ ਮੈਂ ਇੱਕ ਲੱਤ ਨਾਲ ਗੱਡੀ ਡਰਾਈਵ ਕਿਵੇਂ ਕਰਦਾ, ਕੀ ਮਕੈਨਿਜ਼ਮ ਹੁੰਦੇ ਨੇ, ਕਿਹੜੀ ਬ੍ਰੇਨ ਦੀ ਤਾਕਤ ਲਗਾਉਣੀ ਪੈਂਦੀ ਹੈ ਉਹਦੇ ਲਈ, ਹੈ ਨਾ। ਤੁਸੀਂ ਕੋਈ ਵੀ ਪਾਰਟ ਮਿਸ ਨਾ ਕਰਿਓ ਇਸ ਵੀਡੀਓ ਦਾ, ਸਪੈਸ਼ਲੀ ਉਹ ਵਾਲਾ ਪਾਰਟ ਜਿਹਦੇ ਵਿੱਚ ਮੈਂ ਡਿਟੇਲਿੰਗ ਦਊਂਗਾ ਗੱਡੀ ਚਲਾਉਣ ਦੀ, ਹੈ ਨਾ, ਕਿਉਂਕਿ ਅਧੂਰੀ ਜਾਣਕਾਰੀ ਖਤਰਨਾਕ ਹੁੰਦੀ ਹੈ। ਪੂਰਾ ਦੇਖਿਓ ਇਸ ਵੀਡੀਓ ਨੂੰ ਅਤੇ ਪਿਆਰ ਦਿਓ। ਅਤੇ ਕੱਲ੍ਹ ਜਿਹਨੇ ਜਿਹਨੇ ਰੀਲ ਦੇਖੀ ਆਪਣੀ, ਜਿਹੜਾ ਮੈਂ ਗਾਣਾ ਪਾਇਆ ਸੀ, ਪਲੀਜ਼ ਉੱਥੇ ਮੈਨੂੰ ਰਿਵਿਊ ਦਿਓ ਗਾਣਾ ਕਿਵੇਂ ਲੱਗਿਆ, ਕਿਉਂਕਿ ਜਨਤਾ ਜਨਾਰਦਨ, ਜਨਤਾ ਹੀ ਸਾਰਾ ਕੁਛ ਹੈ, ਤੁਸੀਂ ਹੀ ਸਭ ਕੁਛ ਹੋ। ਤੁਸੀਂ ਮੈਨੂੰ ਦੱਸੋਗੇ ਜੇ ਵਧੀਆ ਲੱਗੇਗਾ ਤਾਂ ਮੈਂ ਅੱਗੇ ਲਿਖੂੰਗਾ ਅਤੇ ਉਹਨੂੰ ਪੂਰਾ ਮਿਊਜ਼ਿਕ ਬਣਾ ਕੇ ਪੂਰਾ ਤੁਹਾਡੇ ਸਾਹਮਣੇ ਨਾਲ ਦੀ ਨਾਲ ਹੀ, ਬਸ ਥੋੜ੍ਹੇ ਦਿਨਾਂ 'ਚ ਤੁਹਾਨੂੰ ਪੇਸ਼ ਕਰ ਦਾਂਗਾ ਤੁਹਾਡੇ ਸਾਹਮਣੇ। ਸਪੈਸ਼ਲੀ ਉਸ ਗਾਣੇ ਬਾਰੇ ਕਮੈਂਟ ਕਰਿਓ, ਜੇ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਜ਼ਰੂਰ ਦੱਸਿਓ ਕਿ ਬਾਈ ਵਧੀਆ ਹੈ, ਮਾੜਾ ਲੱਗਿਆ ਤਾਂ ਵੀ ਦੱਸਿਓ, ਹੈ ਨਾ, ਵੀ ਕੋਈ ਕਮੀ ਪੇਸ਼ੀ ਲੱਗੀ ਹੈ ਉਹ ਵੀ ਦੱਸਿਓ, ਕਿਉਂਕਿ ਆਪਣਾ ਕਿਹੜਾ ਫੋਰਮਲ ਰਿਸ਼ਤਾ ਹੈਗਾ ਕਿ ਨਹੀਂ ਜੀ ਮੈਂ ਗਾਣਾ ਦੇ ਤਾ ਤੁਸੀਂ ਸੁਣਨਾ ਹੀ ਸੁਣਨਾ। ਮਾੜਾ ਲੱਗਿਆ ਤਾਂ ਵੀ ਦੱਸਿਓ, ਕਮੀਆਂ ਪੇਸ਼ੀਆਂ ਅਸੀਂ ਦੂਰ ਕਰਾਂਗੇ, ਬਾਕੀ ਪੂਰਾ ਕਰ ਦਾਂਗੇ ਜਲਦੀ ਗਾਣਾ ਜੇ ਤੁਹਾਨੂੰ ਵਧੀਆ ਲੱਗਦਾ, ਹੈ ਨਾ। ਅਤੇ ਹੁਣ ਚੱਲਿਆ ਜੀ, ਆਪਾਂ ਥੋੜ੍ਹਾ ਮਾਰਕੀਟ ਚੱਲੇ ਸੀ ਤਾਂ ਮੈਂ ਕਿਰਨ ਨੂੰ ਕਿਹਾ, ਮੈਂ ਕਿਹਾ ਅੱਜ ਮੈਂ ਡਿਟੇਲਿੰਗ ਦੇਣਾ ਚਾਹੁੰਦਾ, ਕਿਉਂਕਿ ਮੈਨੂੰ ਮੈਸੇਜ ਇੰਸਟਾਗ੍ਰਾਮ ਦੇ ਉੱਪਰ ਬਹੁਤ ਜ਼ਿਆਦਾ ਆ ਰਹੇ ਨੇ ਇਸ ਚੀਜ਼ ਬਾਰੇ, ਸੋ ਮੈਂ ਚਾਹੁੰਦਾ ਵੀ ਅੱਜ ਵੀਡੀਓ ਬਣਾ ਦਈਏ ਉਸ ਬਾਰੇ। ਚਲੋ ਚੱਲਦੇ ਹਾਂ ਅਤੇ ਪੂਰੀ ਵੀਡੀਓ ਜ਼ਰੂਰ ਦੇਖਿਓ। ਪਾਣੀ ਭਰ ਰਹੇ ਹੋ? ਪਾਣੀ ਮੁੱਕਿਆ, ਹਾਲੇ ਤੱਕ ਆਇਆ ਨਹੀਂ। ਭਰ ਦਿਓ ਪਾਣੀ। ਹੈਂ, ਸਹੀ ਗੱਲ ਹੈ। ਉਸ ਦਿਨ ਮੈਂ ਐਸਾ ਚੰਗਾ ਬੋਲਿਆ ਕਿ ਸਾਡੀ ਸੁਸਾਇਟੀ 'ਚ ਪਾਣੀ 24 ਘੰਟੇ ਆਉਂਦਾ, ਕੱਲ੍ਹ ਦੀ 24 ਘੰਟੇ ਤੋਂ ਪਾਣੀ ਨਹੀਂ ਆਇਆ, ਦੇਖ ਲਓ 1 ਮਿੰਟ ਵੀ ਨਹੀਂ ਆਇਆ। ਇਹ ਕਿਉਂਕਿ ਤੁਹਾਨੂੰ ਦੱਸਿਆ ਸੀ ਸਾਡੀ ਮੋਟਰ ਖਰਾਬ ਹੋਈ ਹੈ, ਵਿਚਾਰੇ ਲੱਗੇ ਹੋਏ ਨੇ ਰਿਪੇਅਰ ਕਰਨ, ਦੂਸਰੀ ਦੀ ਖਰਾਬ ਹੋ ਗਈ, ਪਤਾ ਨਹੀਂ ਐਸੀ ਕਿਹੜੀ 7:30 ਆਈ ਸਾਡੀ ਸੁਸਾਇਟੀ 'ਤੇ। ਖੈਰ ਹੁਣ ਕਰ ਰਹੇ ਨੇ, ਕਹਿ ਰਹੇ ਨੇ ਥੋੜ੍ਹੀ ਦੇਰ ਤੱਕ ਮੋਟਰ ਚੱਲ ਜੂਗੀ ਅਤੇ ਆ ਜੂਗਾ ਪਾਣੀ। ਚਲੋ, ਸਾਡੀ ਟੈਂਕੀਆਂ ਵੀ ਖਾਲੀ ਹੋ ਗਈਆਂ ਨੇ ਹੁਣ, ਅਤੇ ਟੈਂਕਰ ਨਹੀਂ ਹੁੰਦੇ ਜਿਹੜੇ ਉਹ ਵਿਆਹਾਂ ਸ਼ਾਦੀਆਂ ਦੇ ਪਿੱਛੇ ਉਹ ਟੈਂਕਰ 'ਚ ਬੁਲਾਏ ਜਾਂਦੇ ਨੇ, ਉਹ ਹਰੇਕ ਸਾਡੇ ਬਲੋਕ ਦੇ ਨੀਚੇ ਲਿਆ ਕੇ, ਸਾਡੇ ਕਿੰਨੇ 4 ਤੋਂ 4, 8 ਮਤਲਬ 15-16 ਬਲੋਕਸ ਨੇ, ਅਤੇ ਹਰੇਕ ਬਲੋਕ ਦੇ ਬਾਹਰ ਟੈਂਕਰ ਪਾਣੀ ਵਾਲਾ ਖੜ੍ਹਾ ਕਰ ਦਿੱਤਾ, ਜਿਹਨੂੰ ਪਾਣੀ ਦੀ ਲੋੜ ਹੈ ਆਪਣੀ ਬਾਲਟੀ ਲੈ ਕੇ ਜਾਏ, ਪਾਣੀ ਭਰ ਕੇ ਲੈ ਕੇ ਆਏ। ਵੈਸੇ ਪੁਰਾਣਾ ਜ਼ਮਾਨਾ ਹੈ, ਜਿਵੇਂ ਬਾਲਟੀਆਂ ਭਰ ਕੇ ਆਉਂਦੇ ਹੁੰਦੇ ਸੀ ਨਾ, ਉਹ ਕਈ ਇੱਥੇ ਜਿਵੇਂ ਫਿਲਮਾਂ 'ਚ ਦੇਖਦੇ ਹਾਂ ਪਾਣੀ ਕੀ ਲਾਈਨ ਮੇ ਲੱਗਣਾ ਪੜਤਾ ਹੈ, ਉੱਦਾਂ ਵਾਲਾ ਕੰਮ ਹੈ। ਚਲੋ ਹੁਣ ਤਾਂ ਕੋਈ ਐਡੀ ਖਾਸ ਲੋੜ ਨਹੀਂ ਹੈ, ਪਰ ਸਵੇਰੇ ਸਵੇਰੇ ਜਦੋਂ ਨਹਾਉਣਾ ਧੋਣਾ ਹੋਵੇਗਾ ਉਦੋਂ ਦੇਖਿਓ ਥੱਲੇ ਬਾਲਟੀਆਂ ਦੀ ਲਾਈਨਾਂ ਲੱਗੀਆਂ ਹੋਣਗੀਆਂ। ਅਤੇ ਚਲੀਏ ਫਿਰ, ਅਸੀਂ ਲਾਈਟਾਂ ਬੰਦ ਕਰਨ ਲਈ ਖੜ੍ਹੇ ਹੋ? ਓਕੇ, ਕਰਤੀਆਂ ਕਿਰਨ ਨੇ ਲਾਈਟਾਂ ਬੰਦ। ਸਾਡੀ ਇੰਸਟਾਗ੍ਰਾਮ ਤੋਂ ਪਹਿਲੀ ਕਮਾਈ ਲੈ ਲੋ, ਜੋ ਮਰਜ਼ੀ ਲੋ, ਤੁਹਾਡਾ ਹੀ ਸਾਰਾ ਕੁਛ। ਤੇ ਮਤਲਬ ਤੁਸੀਂ ਦੇਖੀ ਹੋਣੀ ਰੀਲ, ਅਸੀਂ ਕਿਸੇ ਦੀ ਨਾ ਬੁਟੀਕ ਦੀ ਪ੍ਰਮੋਸ਼ਨ ਕੀਤੀ ਸੀ, ਸੂਟਸ ਦੀ। ਪ੍ਰਮੋਸ਼ਨ ਦਾ ਮਤਲਬ ਐਵੇਂ ਹੁੰਦਾ ਦੋਸਤੋ ਵੀ ਆਪਾਂ ਪਹਿਲਾਂ ਨਾ ਉਹਨਾਂ ਦਾ ਪੇਜ ਚੈੱਕ ਕਰਦੇ ਹਾਂ, ਐਵੇਂ ਨਹੀਂ ਕਰਦੇ ਕਿਸੇ ਦੀ ਵੀ ਪ੍ਰਮੋਸ਼ਨ, ਕਿਉਂਕਿ ਜੇ ਤੁਸੀਂ ਸਾਨੂੰ ਦੇਖਦੇ ਹੋ ਇਸ ਦਾ ਮਤਲਬ ਹੈ ਤੁਸੀਂ ਸਾਡੇ ਦੇ ਉੱਪਰ ਟਰਸਟ ਕਰਕੇ ਉਹ ਚੀਜ਼ ਦੇਖੋਗੇ, ਲਓਗੇ, ਬਾਏ ਕਰੋਗੇ, ਹੈ ਨਾ। ਅਸੀਂ ਉਹ ਪੇਜ ਦੇਖਿਆ ਸੀ, ਸਾਨੂੰ ਵਧੀਆ ਲੱਗਿਆ, ਔਰ ਜਿਹੜੇ ਉਹਨਾਂ ਨਾਲ ਜਿਹੜਾ ਨੇ ਧਾਲੀਵਾਲ ਕੋਈ ਉਹ ਸੀ, ਹਾਂ, ਤੇ ਉਹਨਾਂ ਨਾਲ ਫੋਨ ਤੇ ਵੀ ਗੱਲ ਹੋਈ ਸੀ, ਤੇ ਫੋਨ ਤੇ ਗੱਲ ਕਰਨ ਨੂੰ ਵੀ ਸਾਨੂੰ ਬਹੁਤ ਵਧੀਆ ਲੱਗ ਰਹੀ ਸੀ, ਪੋਲਾਈਟ ਜੇ ਸੀ, ਤਾਂ ਕਰਕੇ ਸਾਨੂੰ ਲੱਗਿਆ ਵੀ ਠੀਕ ਹੈ, ਇਟਸ ਗੁੱਡ, ਆਪਾਂ ਕਰ ਸਕਦੇ ਇਹਨਾਂ ਦੀ ਪ੍ਰਮੋਸ਼ਨ। ਪੇਜ ਵੀ ਦੇਖਿਆ, ਠੀਕ, ਅੱਛਾ ਸੀ। ਇਸ ਤੋਂ ਪਹਿਲਾਂ ਤੁਹਾਨੂੰ ਦੱਸਾਂ, ਮੇ ਬੀ ਤੁਸੀਂ ਦੇਖਿਆ ਹੋਵੇ, ਆਪਾਂ ਇੱਕ ਪਰਸ ਦੀ ਪ੍ਰਮੋਸ਼ਨ ਕੀਤੀ ਸੀ, ਪ੍ਰਮੋਸ਼ਨ ਨਹੀਂ ਕੀਤੀ ਸੀ, ਇੱਕ ਰੀਲ ਆਪਾਂ ਸਟੋਰੀ ਪੋਸਟ ਕੀਤੀ ਸੀ, ਕੋਈ ਨਾਮ ਸੀ ਉਹਨਾਂ ਦਾ, ਨਾਮ ਭੁੱਲ ਗਿਆ ਮੈਨੂੰ ਕੀ ਸੀ, ਕੋਈ ਪਰਸ ਵਾਲੇ ਸੀ, ਤੇ ਉਹਨਾਂ ਨੇ ਸਾਨੂੰ ਨਾ ਪਰਸ ਭੇਜਿਆ, ਕੋਰੀਅਰ ਕੀਤਾ ਵੀ ਤੁਸੀਂ ਸਾਡੇ ਨਾ ਪਰਸ ਦੀ ਪ੍ਰਮੋਸ਼ਨ ਕਰ ਦਿਓ। ਐਕਚੁਅਲ 'ਚ ਆਪਾਂ ਸਟੋਰੀ ਦਾ ਪਾ ਦਿੱਤੀ ਸੀ ਉਹਨਾਂ ਦੀ ਇੰਸਟਾਗ੍ਰਾਮ ਦੇ ਉੱਪਰ, ਬਟ ਉਹਨਾਂ ਨੇ ਸਾਨੂੰ ਫੋਨ ਕੀਤਾ, ਕਹਿੰਦੇ ਰੀਲ ਵੀ ਪਾਓ ਉਹਦੀ, ਆਪਾਂ ਰੀਲ ਨਹੀਂ ਪਾਈ ਉਹਦੀ, ਨਹੀਂ ਉਪਰ ਘੁਮਾਊਂਗਾ ਮੈਂ ਉੱਥੋਂ।
ਉਹਨਾਂ ਨੇ ਜਿਹੜਾ ਸਾਨੂੰ ਪਰਸ ਭੇਜਿਆ ਸੀ ਉਹਦੀ ਕੁਆਲਿਟੀ ਇੰਨੀ ਕੁ ਜ਼ਿਆਦਾ ਪੂਅਰ ਸੀ, ਉਹ ਪੂਅਰ ਹੋਣ ਦੇ ਕਰਕੇ ਸਾਨੂੰ ਲੱਗਿਆ ਕਿ ਜੇ ਆਪਾਂ ਉਹਦੀ ਰੀਲ ਬਣਾ ਕੇ ਪਾ ਦਿੰਦੇ ਹਾਂ ਪਰਸ ਦੀ, ਤਾਂ ਜਿਹੜੇ ਵੀ ਸਾਡੇ ਤੇ ਟਰਸਟ ਕਰਕੇ ਉਹ ਪਰਸ ਬਾਏ ਕਰਨਗੇ ਬਾਅਦ ਵਿੱਚ ਸਾਨੂੰ ਗਾਲਾਂ ਹੀ ਕੱਢਣਗੇ। ਜੈਨੂਨ ਜੀ ਗੱਲ ਹੈ। ਸੋ ਆਪਾਂ ਉਹਨਾਂ ਦਾ ਫਿਰ ਮੈਸੇਜ ਆਇਆ ਵੀ ਤੁਸੀਂ ਰੀਲ ਨਹੀਂ ਪਾ ਰਹੇ। ਉਹਨਾਂ ਨੂੰ ਮੈਂ ਬੜੇ ਇੱਜ਼ਤ ਮਾਣ ਨਾਲ ਕਿਹਾ ਕਿ ਮੈਮ ਆਪਾਂ ਰੀਲ ਨਹੀਂ ਪਾ ਸਕਦੇ ਤੁਹਾਡੀ, ਤੁਸੀਂ ਆਪਣਾ ਐਡਰੈਸ ਦੇ ਦਿਓ, ਜਿਹੜਾ ਤੁਹਾਡਾ ਪਰਸ ਤੁਸੀਂ ਭੇਜਿਆ ਅਸੀਂ ਵਾਪਸ ਕੋਰੀਅਰ ਬੈਕ ਕਰ ਦਿੰਦੇ ਹਾਂ। ਤੇ ਆਪਾਂ ਹੁਣ ਮਤਲਬ ਇਹ ਗੱਲ ਕੀਤੀ ਆਪਾਂ ਰੀਲ ਨਹੀਂ ਪਾ ਰਹੇ ਤੇ ਸਾਨੂੰ ਉਹ ਪਰਸ ਆਪਣੇ ਕੋਲ ਰੱਖਣਾ ਵੀ ਚੰਗਾ ਨਹੀਂ ਲੱਗ ਰਿਹਾ। ਕਾਰਨ ਉਹਦਾ ਇਹੀ ਹੈ ਜੇ ਆਪਾਂ ਉਹਦੀ ਰੀਲ ਨਹੀਂ ਪਾਈ ਵੀ ਵਿਲ ਨੋਟ ਕੀਪ ਦੈਟ ਪਰਸ ਵਿਦ ਅਸ, ਆਪਾਂ ਨੂੰ ਰਿਟਰਨ ਕਰ ਦੇਣਾ। ਸਿੰਪਲ ਜੀ ਹੈ ਨਾ, ਕਿਉਂਕਿ ਰੀਲ ਨਹੀਂ ਪਾ ਸਕਦੇ, ਮਾੜੇ ਪ੍ਰੋਡਕਟ ਦੀ ਆਪਾਂ ਮਸ਼ਹੂਰੀ ਵੀ ਨਹੀਂ ਕਰਨੀ ਪੈਸੇ ਪਿੱਛੇ। ਹਾਂ ਵੀ ਜਿਹੜਾ ਕੋਈ ਪ੍ਰੋਡਕਟ ਬਹੁਤ ਜ਼ਿਆਦਾ ਅੱਛਾ ਹੋਏਗਾ ਡੈਫੀਨੇਟਲੀ, ਜੇ ਕੋਈ ਪ੍ਰਮੋਸ਼ਨ ਕਰਾਉਣਾ ਚਾਹੇਗਾ ਤਾਂ ਆਪਾਂ ਰੱਖਾਂਗੇ ਵੀ, ਪ੍ਰੋਡਕਟ ਵੀ ਯੂਜ਼ ਕਰਾਂਗੇ ਤੇ ਜੈਨੂਇਨ ਰਿਵਿਊ ਦਵਾਂਗੇ। ਆਪਾਂ ਉਹ ਨਹੀਂ ਕਰਨਾ ਵੀ ਉਹੀ ਪੇਲੀ ਜੋ ਵੀ ਹੈ। ਤੇ ਹੁਣ ਆਪਾਂ ਤੁਹਾਨੂੰ ਗੱਡੀ ਬਾਰੇ ਸਮਝਾਉਣ ਲੱਗਿਆ ਥੋੜ੍ਹਾ ਜਿਹਾ, ਤੇ ਡਿਟੇਲਿੰਗ 'ਚ ਧਿਆਨ ਨਾਲ ਦੇਖਿਓ, ਸਕਿੱਪ ਨਾ ਕਰਿਓ ਕੋਈ ਪਾਰਟ, ਠੀਕ ਹੈ? ਦੇਖੋ ਜੀ, ਗੱਡੀ ਚਲਾਉਣ ਦਾ ਬਹੁਤ ਸੌਖਾ ਤਰੀਕਾ, ਤੁਸੀਂ ਇੱਕ ਲੱਤ ਨਾਲ ਵੀ ਗੱਡੀ ਬੜੇ ਆਰਾਮ ਨਾਲ ਚਲਾ ਸਕਦੇ ਹੋ। ਜਿਹੜੇ ਮੇਰੇ ਵੀਰ ਭੈਣਾਂ ਗੱਡੀ ਚਲਾਉਣਾ ਚਾਹੁੰਦੇ ਨੇ ਡਿਊ ਟੂ ਡਿਸੇਬਿਲਟੀ, ਹਿੰਮਤ ਹਾਰ ਗਏ ਨੇ ਕਿਸੇ ਕਾਰਨ ਵਿੱਚ ਵੀ, ਆਪਾਂ ਗੱਡੀ ਨਹੀਂ ਚਲਾ ਪਾ ਰਹੇ, ਬਹੁਤ ਸੌਖਾ ਤਰੀਕਾ, ਦੋ ਤਰੀਕੇ ਦੱਸੂੰਗਾ। ਇੱਕ ਇਹਦੇ ਵਿੱਚ ਮੋਡੀਫਾਈ ਕਰਕੇ, ਦੂਸਰਾ ਕੁਛ ਵੀ ਨਾ ਕਰਨਾ। ਆਹ ਤੁਸੀਂ ਦੇਖ ਸਕਦੇ ਹੋ ਮੇਰੀ ਗੱਡੀ ਦੇ ਵਿੱਚ ਕੋਈ ਵੀ ਮੋਡੀਫਿਕੇਸ਼ਨ ਨਹੀਂ ਕੀਤੀ ਹੋਈ, ਸਿੰਪਲ ਗੇਅਰਾਂ ਵਾਲੀ ਗੱਡੀ ਹੈ, ਠੀਕ ਹੈ? ਆਹ ਮੈਨੂਅਲ ਗੱਡੀ ਆ, ਗੇਅਰ ਹੈ, ਅਤੇ ਆਹ ਦੇਖ ਲਓ ਤਿੰਨ ਲੀਵਰ ਨੇ ਥੱਲੇ, ਰੇਸ ਬ੍ਰੇਕ ਅਤੇ ਕਲੱਚ। ਮੋਡੀਫਿਕੇਸ਼ਨ ਕੋਈ ਵੀ ਨਹੀਂ ਹੈ। ਅਤੇ ਇਹਦੇ ਵਿੱਚ ਹੁਣ ਆਪਾਂ ਸਭ ਤੋਂ ਪਹਿਲਾਂ ਇਹਦਾ ਪਹਿਲਾ ਵੇ ਦੱਸਦਾ ਜਿਹਦੇ ਵਿੱਚ ਤੁਸੀਂ ਮੋਡੀਫਾਈ ਕਰਕੇ ਕਰ ਸਕਦੇ ਹੋ। ਪਹਿਲਾ ਤਰੀਕਾ ਹੈ ਇਹਨੂੰ ਮੋਡੀਫਾਈ ਕਰਕੇ, ਕਿਉਂਕਿ ਜਿਹੜੇ ਪਹਿਲੀ ਵਾਰ ਗੱਡੀ ਚਲਾਉਣਗੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ, ਰਿਸਕ ਕਦੇ ਵੀ ਨਹੀਂ ਲਈਦਾ। ਕਿਉਂਕਿ ਜੇ ਤੁਸੀਂ ਪਹਿਲੀ ਵਾਰ ਗੱਡੀ ਚਲਾ ਰਹੇ ਹੋ ਤਾਂ ਥੋੜ੍ਹੀ ਜਿਹੀ ਮੋਡੀਫਿਕੇਸ਼ਨ ਕਰ ਲਓ, ਜਿਹੜੀ ਮੋਡੀਫਿਕੇਸ਼ਨ ਮਤਲਬ ਜ਼ਿਆਦਾ ਮਹਿੰਗੀ ਨਹੀਂ ਹੈ, 500 ਜਾਂ 1000 ਰੁਪਏ ਦਾ ਖਰਚਾ ਟੋਟਲ ਉਹਦੇ ਵਿੱਚ, ਹੈ ਨਾ? 500-1000 ਰੁਪਏ ਦਾ ਖਰਚਾ ਹੈ, ਕਿਸੇ ਵੀ ਵੈਲਡਰ ਕੋਲ ਜਾ ਕੇ ਉਹ ਮੋਡੀਫਿਕੇਸ਼ਨ ਹੋ ਜਾਏਗੀ ਜਿਹੜੇ ਵੈਲਡਿੰਗ ਕਰਦੇ ਨੇ, ਹੈ ਨਾ? ਅਤੇ ਉਹ ਮੈਂ ਇੱਕ ਆਪਣੇ ਦਿਮਾਗ ਨਾਲ ਇੱਕ ਟੈਕਨੀਕ ਲੱਭੀ ਸੀ ਅਤੇ ਮੈਂ ਚਾਹੁੰਦਾ ਤੁਹਾਨੂੰ ਵੀ ਪਤਾ ਲੱਗੇ ਹੁਣ, ਲੇਕਿਨ ਉਹਦੇ ਇਹਦੇ ਵਿੱਚ ਮੋਡੀਫਿਕੇਸ਼ਨ ਉਹ ਕੀਤੀ ਨਹੀਂ ਹੋਈ, ਮੇਰੀ ਜਿਹੜੀ ਪੁਰਾਣੀ ਗੱਡੀ ਸੀ ਮੈਂ ਉਹਦੇ ਵਿੱਚ ਕਰ ਰੱਖੀ ਸੀ, ਹੈ ਨਾ? ਅਤੇ ਤੁਹਾਨੂੰ ਇੱਕ ਆਈਡੀਆ ਦੇ ਦੇਣਾ, ਤੁਹਾਨੂੰ ਸਮਝ ਆ ਜੂਗੀ ਉਹ ਕਿਹੜੀ ਮੋਡੀਫਿਕੇਸ਼ਨ ਹੈ, ਠੀਕ ਹੈ? ਆਹ ਦੇਖੋ ਜੀ, ਆਹ ਤੁਹਾਨੂੰ ਕਲੱਚ ਦੇਖ ਰਿਹਾ ਜੀ, ਹੈ ਨਾ? ਇਹ ਕਲੱਚ ਦੇ ਵਿੱਚ ਆਹ ਰਬੜ ਜੀ ਉਤਾਰ ਲੈਣੀ ਆਪਾਂ, ਠੀਕ ਹੈ? ਇਹ ਉਤਾਰ ਕੇ ਇਹਦੇ ਥੱਲੋਂ ਲੀਵਰ ਨਿਕਲ ਆਏਗਾ, ਮਤਲਬ ਲੋਹੇ ਦੀ ਪੱਤਰੀ ਨਿਕਲ ਆਏਗੀ, ਲੋਹੇ ਦਾ ਇਹ ਰਬੜ ਜੋ ਉਤਰ ਗਿਆ। ਇਹਦੇ ਉੱਪਰ ਇੱਕ ਹੋਰ ਆਪਾਂ ਲੋਹੇ ਦੀ ਪੱਤਰੀ ਇੱਦਾਂ ਕਰਕੇ ਲਾਉਣੀ ਹੈ, ਮਤਲਬ ਜਿਵੇਂ ਆਹ ਉਹ ਹੈ ਆਪਣਾ ਕਲੱਚ ਹੈ, ਇਹਦੇ ਉੱਪਰ ਇੱਕ ਲੋਹੇ ਦਾ ਪੱਤਰੀ ਬਣਵਾ ਲੈਣੀ ਹੈ, ਲੋਹੇ ਦੀ ਪੂਰੀ, ਹੈ ਨਾ? ਉਹ ਇੱਦਾਂ ਲਾ ਕੇ ਇਸ ਪੈਡਲ ਦੇ ਵਿੱਚ, ਮਤਲਬ ਜਿਹੜਾ ਕਲੱਚ ਉਹਦੇ ਸੁਰਾਖ ਕਰਕੇ ਪੱਤਰੀ ਉੱਪਰੋਂ ਲਾ ਕੇ ਉਹਨੂੰ ਨਟਾਂ ਨਾਲ ਕੱਸ ਦੇਣਾ, ਠੀਕ ਹੈ? ਪਹਿਲਾ ਸਟੈਪ, ਇੱਥੇ ਪੱਤਰੀ ਲਾ ਕੇ ਤੁਸੀਂ ਕੱਸ ਦੀ, ਫਿਰ ਇੱਥੋਂ ਇੱਕ ਪੱਤਰੀ ਨਿਕਲੂਗੀ ਇਧਰਲੀ ਸਾਈਡ ਤੋਂ, ਉਹ ਪੱਤਰੀ ਦੇ ਨਾਲ ਇੱਕ ਡੰਡਾ ਜਿਹਾ ਵੈਲਡ ਹੋਏਗਾ, ਲੰਬੀ ਜਿਹੀ ਪਲੇਟ ਹੋਏਗੀ ਜਿਹੜੀ ਇੱਥੋਂ ਇੱਥੇ ਤੱਕ ਆਏਗੀ, ਇੱਥੇ ਤੱਕ ਆ ਗਈ, ਅਤੇ ਇੱਥੇ ਫਿਰ ਇੱਕ ਨੱਟ ਜਿਹਾ ਬਣੇਗਾ, ਇਹਨੂੰ ਜੁਆਇੰਟ ਕਰਾਂਗੇ ਅਤੇ ਇੱਧਰਲੀ ਸਾਈਡ ਤੋਂ ਆ ਜਾਏਗਾ ਉਹ, ਮਤਲਬ ਇਸ ਸਾਈਡ ਤੋਂ ਪੱਤਰੀ ਆ ਕੇ ਫਿਰ ਇੱਧਰ ਸੀਟ ਦੇ ਥੱਲੋਂ ਇੱਕ ਸਰੀਆ ਆਊਗਾ, ਗੋਲ ਜਿਹਾ ਆਊਗੀ ਸੀਟ ਦੇ ਥੱਲੇ ਥੱਲੇ, ਅਤੇ ਫਿਰ ਇੱਥੇ ਵਾਲੀ ਸਾਈਡ 'ਤੇ ਇੱਕ ਹੈਂਡਲ ਲੱਗ ਜੂਗਾ, ਗੇਅਰ ਟਾਈਪ ਜਿਹਾ। ਜਦੋਂ ਹੈਂਡਲ ਲੱਗ ਗਿਆ ਆਪਾਂ ਇਹਨੂੰ ਪ੍ਰੈਸ ਕਰਾਂਗੇ, ਇੱਧਰੋਂ ਹੈਂਡਲ ਨੂੰ ਗੇਅਰ ਨੂੰ ਪ੍ਰੈਸ ਕਰਾਂਗੇ, ਅਤੇ ਉੱਧਰੋਂ ਜਿਵੇਂ ਆਹ ਦੇਖੋ ਹੈਂਡਲ ਨੂੰ ਪ੍ਰੈਸ ਕਰ ਰਿਹਾ ਇੱਧੇ ਨੂੰ, ਉੱਧਰੋਂ ਕਲੱਚ ਨੱਪਿਆ ਜਾਊਗਾ। ਜ਼ਿਆਦਾ ਉੱਪਰ ਨਹੀਂ ਰੱਖਣਾ, ਇੱਥੇ ਕੇ ਰੱਖਣਾ, ਕਿਉਂਕਿ ਜਦੋਂ ਆਪਾਂ ਗੱਡੀ ਦੇ ਅੰਦਰ ਵੜਾਂਗੇ ਪੈਂਟ ਫੁੰਟ ਨਾ ਫਸੇ ਜਾਂ ਤੁਹਾਡੀ ਕੱਪੜੇ ਨਾ ਫਸਣ, ਇੰਨੀ ਕੁ ਹਾਈਟ 'ਤੇ ਰੱਖੋ, ਇੰਨੀ ਕੁ ਹਾਈਟ ਦੇ ਉੱਪਰ ਰੱਖੋ ਉਹਨੂੰ, ਠੀਕ ਹੈ? ਉਹਨੂੰ ਜਦੋਂ ਆਪਾਂ ਐਵੇਂ ਨੱਪਾਂਗੇ, ਇੱਧਰੋਂ ਡੰਡਾ ਇੱਧਰੋਂ ਥੱਲੇ ਨੂੰ ਗਿਆ ਹੋਇਆ ਨੱਪਾਂਗੇ, ਉਹ ਕਲੱਚ ਪ੍ਰੈਸ ਹੋ ਜੂਗਾ, ਕਲੱਚ ਪ੍ਰੈਸ ਹੋ ਗਿਆ। ਜਦੋਂ ਤੁਸੀਂ ਇਹਨੂੰ ਛੱਡੋਗੇ, ਭਾਵੇਂ ਡਾਇਰੈਕਟ ਛੱਡ ਦਿਓ, ਤਾਂ ਇੱਕਦਮ ਝਟਕੇ ਨਾਲ ਕਲੱਚ ਵਾਪਸ ਆ ਜਾਊਗਾ, ਕਲੱਚ ਪ੍ਰੈਸ਼ਰ ਕਰਦਾ ਵਾਪਸ ਆਉਣ ਵਾਸਤੇ। ਇਹ ਟੈਕਨੀਕ ਨਾਲ ਕੀ ਹੁੰਦਾ, ਜਿਹੜਾ ਤੁਹਾਡਾ ਕਲੱਚ ਹੈ ਤੁਹਾਡੇ ਹੱਥ ਵਿੱਚ ਆ ਜਾਂਦਾ, ਸੇਮ ਡੰਡਾ ਨੱਪਿਆ ਕਲੱਚ ਨੱਪਿਆ ਗਿਆ, ਟੈਕਨੀਕ ਹੱਥ ਵਿੱਚ ਕਲੱਚ ਆਉਣ ਕਰਕੇ ਕੀ ਹੁੰਦਾ, ਤੁਹਾਡੀ ਸਿਰਫ ਰੇਸ ਅਤੇ ਬ੍ਰੇਕ ਦੋ ਥਾਂ ਦੇ ਉੱਪਰ ਤੁਹਾਡਾ ਪੈਰ ਚਾਹੂਗਾ, ਠੀਕ ਹੈ? ਹੱਥ ਵਿੱਚ ਤੁਹਾਡਾ ਹੋ ਗਿਆ ਕਲੱਚ, ਪੈਰ ਵਿੱਚ ਸਿਰਫ ਦੋ ਚੀਜ਼ਾਂ, ਰੇਸ ਅਤੇ ਬ੍ਰੇਕ, ਠੀਕ ਹੈ? ਹੁਣ ਜੇ ਤੁਸੀਂ ਕਲੱਚ ਨੱਪਿਆ, ਕਲੱਚ ਨੱਪਿਆ ਗਿਆ, ਗੇਅਰ ਪਾ ਲਿਆ, ਹੌਲੀ ਹੌਲੀ ਕਲੱਚ ਛੱਡਿਆ, ਇੱਧਰੋਂ ਰੇਸ ਦੇ ਦਿੱਤੀ, ਗੇਅਰ ਪਾ ਲਿਆ, ਜਦੋਂ ਗੇਅਰ ਪੈ ਚੁੱਕਾ ਕਲੱਚ ਨੱਪਿਆ ਹੋਇਆ ਤਾਂ ਹੌਲੀ ਹੌਲੀ ਕਲੱਚ ਛੱਡਿਆ, ਇੱਧਰੋਂ ਰੇਸ ਦੇ ਦਿੱਤੀ, ਗੱਡੀ ਪੈਣੀ ਰੋਡ, ਫਿਰ ਕਲੱਚ ਨੱਪਿਆ, ਦੂਜਾ ਗੇਅਰ ਪਾ ਲਿਆ, ਰੇਸ ਦੇ ਦਿੱਤੀ, ਤੀਜਾ ਕਲੱਚ, ਮਤਲਬ ਤੀਜਾ ਗੇਅਰ, ਐਵੇਂ ਕਲੱਚਾਂ ਨਾਲ ਇੱਥੋਂ ਹੱਥ 'ਚ ਗੇਅਰ ਪਾਉਂਦੇ ਰਹੇ, ਇੱਧਰੋਂ ਰੇਸ ਦਿੰਦੇ ਰਹੇ, ਬ੍ਰੇਕ ਕਲੱਚ ਨੱਪ ਕੇ ਬ੍ਰੇਕ ਮਾਰ ਲਈ। ਮਤਲਬ ਗੱਡੀ ਦਾ ਜੋ ਮਕੈਨਿਜ਼ਮ ਹੁੰਦਾ ਉਹ ਸਾਰਾ ਤੁਹਾਨੂੰ ਸਮਝ ਆ ਗਿਆ ਹੋਣਾ, ਕਲੱਚ ਹੱਥ ਵਿੱਚ ਆ ਜਾਊਗਾ, ਇੱਕ ਪੈਰ ਨਾਲ ਗੱਡੀ ਓਪਰੇਟ ਹੋ ਜਾਏਗੀ। ਇਹ ਹੈਗਾ ਪਾਰਟ 1। ਜਿਹਨੂੰ ਗੱਡੀ ਬਿਲਕੁਲ ਵੀ ਨਹੀਂ ਚਲਾਉਣੀ ਆਉਂਦੀ ਉਹਨੂੰ ਹਮੇਸ਼ਾ ਇੱਦਾਂ ਮੋਡੀਫਾਈ ਕਰਨਾ ਪਊਗਾ, ਨਹੀਂ ਤਾਂ ਡਾਇਰੈਕਟ ਇੱਦਾਂ ਚਲਾਓਗੇ ਤਾਂ ਹਾਦਸਾ ਹੋ ਸਕਦਾ ਹੈ, ਰਿਸਕ ਹੋ ਸਕਦੀ ਹੈ ਤੁਹਾਡੀ ਜਾਨ ਨੂੰ ਵੀ, ਅਤੇ ਸਾਹਮਣੇ ਪਬਲਿਕ ਦੀ ਜਾਨ ਨੂੰ ਵੀ ਰਿਸਕ ਹੋ ਸਕਦਾ। ਇਸ ਕਰਕੇ ਆਪਾਂ ਇਹ ਰਿਸਕ ਨਹੀਂ ਲੈਣਾ।
हूँ दूसरा भी मैं तुम्हें दसन लगा मैं गड्डी किवें चलाना क्योंकि मैं पहला वो मॉडिफिकेशन कराई हुई सी बाद में जो हौले हौले मैं आदत पै गई फिर मैं जी पुरानी गड्डी सी वो बेच दी सी फिर मैं नवी गड्डी कराई ही नहीं क्योंकि मैंने हैबिट है इनू एवं ही चला परफेक्टली चला किवें चलती है आज दसदा हूँ देखो आ मेरी नॉर्मल गड्डी है सब तो पहला इस मकैनिज़म लिए जो मैं तुम्हें हूँ दस रहा डीजल गड्डी होएगी तो जी डीजल गड्डी है वह ज़्यादा बेनीफिट देगी तुम्हें क्योंकि डीजल गड्डी का यह होंगे तुम क्लच नप के जो गेयर पाने हो ना तो क्लच छड़ते हो गड्डी अपने आप रुड़ पैंदी है तो रेस वाल पैर जा लैके जाने की लड़ नहीं पैंती कारण क्योंकि एको मकैनिज़म है क्लच जो छड़ना तो दूसरे पास रेस देनी पैंती है ना लेकिन डीजल गड्डिया जी ज़्यादा अजक जिन्या भी गड्डिया आ रही ने पेट्रोल गड्डी का मैं पता नहीं मैं एक बार वैसे चलाई सी आई थिंक कोई अल्टो वगैरह चलाई सी तो मैं वो नहीं वो फील आया से क्योंकि पेट्रोल से है ना हूँ मेरी डीजल गड्डी है मैं क्लच नपदा पैर नाल इधरों गेयर पाता है ना हौले हौले मैं क्लच छड़ता गड्डी रुड़ पैनी है ये तुहानू करके दिखाना किर अंदर आ जाओ देखो हूँ मैं गड्डी दे विच बैठा तुहानू चला के दिखावांगा प्रैक्टिकली हाँ मैं क्लच नपया ठीक है जी ये आ नपया क्लच आ पाया गेयर आ गड्डी रुड़ पई हूँ मैं ब्रेक मार ली मैं ब्रेक किवें मारनी है नाल दी नाल मैं गेयर कढ़ता तो उधर क्लच ब्रेक ते पैर मार दी पहला मैं तुम्हें समझाना ऐदा तुम्हें थोड़ा दिक्कत आ रही होनी ये मैं की करदा पहला क्लच नपदा क्लच नप के पहला गेयर पाना हौले हौले छड़दा गड्डी अपने रुड़ पैंदी है मेरा क्लच तो पैर हो गया फ्री मैं रेस वाल पैर दे देना थोड़ी खिंच देना फिर रेस तो पैर चक के क्लच ते रखदा दूजा गेयर पाना उधर मूव कर देना शिफ्ट पैर शिफ्ट करता रहना इतने मेरा हथ पै आ पैर पै आ क्लच नपया इधर रेस से आ गया एवें अड्डी एवें घुमाना मैं ठीक है एक क्विकली तुहानू यह लर्न करनी पेगी चीज़ है ना एक्सपीरियंस हो जाता हौले हौले ठीक है हुण जदों मैं ब्रेक मारनी है बड़े का क्वेश्चन होगा ब्रेक किदां मारदा मैं नाल दी नाल ना बिना क्लच नप्पे गड्डी दे गेयर नू न्यूट ओह कर देना गेयर कढ देना न्यूट्रल कर देना गड्डी क्लच नप्पे बगैर तो ब्रेक मार लेना बड़े आराम दे नाल गेयर निकल जांदा तो ब्रेक वज जांदी है बहुत सिंपल मैथड हो जाता है उस तो बाद सेम प्रोसैस स्टार्ट हो जाता जी मैं गड्डी रोड़नी है गेयर पा के रोड़ लेना हूँ मैं तुम्हें करके दिखा मैं थोड़ी गड्डी बैक लैन लेना हाँ मैं हैंड ब्रेक का भी बहुत ज़्यादा इस्तेमाल करता क्योंकि हैंड ब्रेक भी कम बहुत ज़्यादा आती है जो आप थोड़ी जी गड्डी रोड़नी होंगी है ना आई मीन जिम्मे हूँ मैं थोड़ी जी लिया के आया तो वह मैं रेस नहीं दे रहा सिर्फ क्लच के सहारे मैं गड्डी ले आया क्लच छड़ता गड्डी पिछे आ गई मैं रेस नहीं दी अपनी तो जो स्लो मूविंग ट्रैफिक होंगी है हौले हौले गड्डी चलानी होंगी है उदो सिर्फ क्लच तो हैंड ब्रेक के सहारे तो मैं गड्डी चलाना तो तुम भी उदा ही चला सकते हो क्योंकि क्लच थोड़ा थोड़ा छड़ना होंगे तो हौले हौले आप हैंड ब्रेक का भी इस्तेमाल कर सकते हैं मतलब दूसरी ब्रेक सानू यूज़ करने की जरूरत नहीं गी तो पहाड़ों में या हाइट पर गड्डी लैके जानी है उदो भी हैंड ब्रेक का बहुत व्डा यूज़ होंगे तो बहुत कम आते उदो भी हैंड ब्रेक फिर हैंड ब्रेक मैं यूज़ करना वाली क्लच नप्पे रहने दिना हैंड ब्रेक चक लेना वो हो जाता सिस्टम वधिया लो जी हुण आपां हाईवे दे उपर तुहानू गड्डी चला के दिखाने वैसे तो सारे ने देखा ही है मैं गड्डी चलाना हाईवे दे उपर लेकिन किवें चलती है तुहानू वो दिखावांगा भी मैं पैडल पूडल किवें इस्तेमाल करदा आ देखो जी आ क्लच नप्पिया गेयर पाया होया क्लच छड़ता मैं गड्डी पे रोड़ आ दूजा गेयर पाया मैं गड्डी होर तेज़ हो गई इधरों पैर चक लिया देखो आ क्लच तो मैं पैर चप के इधरली शिफ्ट कर लिया रेस से शिफ्ट कर लिया रेस दे दी पूरी ठीक है जी बैल्ट नहीं लाई मैं तां टोंको कर रही है एक मिनट बैल्ट ला ला मैं देखो जी हुण गड्डी हो गई स्पीड ते आ मैं तीजा गेयर पा लिया बिना क्लच नप्पे मैनू लोड़ नहीं पई देखो मैं क्लच नहीं नप्पिया मैं गेयर पा लिया तीजा हुण मेरा क्लच तो हो गया पैर फ्री बिल्कुल आ रेस दे दी पूरी देखो खिंच के आ पा लिया मैं चौथा गेयर बिना क्लच नप्पे ठीक है जी अपना नॉर्मल स्पीड से गड्डी जा रही देखो मैं पूरी वधिया खिंच के चला रखी है इस टाइम गड्डी जा रही जी अपनी 80 दी स्पीड से आ टर्न ले लिया ब्रेक मार ली हुण पैर चक्या फिर क्लच पहले पहला गेयर पाया तो गड्डी हौले हौले रोड़नी करती शुरू क्लच हौले हौले छड़ रहा छड़ता गड्डी पई रोड़ रेस देती दूजा गेयर क्लच नप के ही पैना है क्योंकि एवं औखा पैंदा है आ देख लो हुण तीजा गेयर मैं बिना क्लच नप्पे पा रहा डायरेक्ट पाता ठीक है चौथा गेयर मैं फिर क्लच नप्पे गेयर बगैर पा रहा आ पै गया हुण मैं ब्रेक मारनी है मैं तुहानू दसूंगा आ मैं न्यूट्रल करती गड्डी क्लच नहीं नप्पिया मैं आ करती न्यूट्रल आ लै गया पैर ब्रेक के उपर ब्रेक मार दी जिनी भी जिथे एमरजेंसी मारनी जिवें मर्जी मारनी है हुण फिर मैं आ हुण जदों गड्डी स्लो हो जाती है ना उदों तुहानू क्लच नप्पना पऊगा आ मैं क्लच नप्पिया तीजा गेयर पाया रेस देती
ਚਲੋ ਜੀ ਪੰਜਵਾਂ ਗੇਅਰ ਵੀ ਪੈ ਗਿਆ ਖਿੱਚ ਦੀ ਗੱਡੀ ਆਹ ਬ੍ਰੇਕ ਮਾਰ ਲਈ ਕਿਉਂਕਿ ਅੱਗੇ ਗੱਡੀ ਆ ਗਈ ਸੀ ਬ੍ਰੇਕ ਮਾਰਨੀ ਪਈ ਮੈਨੂੰ ਇੱਥੇ ਗੱਡੀ ਆ ਗਈ ਸੀ ਅੱਗੇ ਠੀਕ ਹੈ ਉਮੀਦ ਕਰਦਾ ਤੁਹਾਨੂੰ ਇਹ ਸਾਰੀ ਜਾਣਕਾਰੀ ਪ੍ਰੋਪਰਲੀ ਸਮਝ ਆ ਗਈ ਹੋਏਗੀ ਅਤੇ ਮੈਂ ਇਹਦੇ ਵਿੱਚ ਉਮੀਦ ਕਰਦਾ ਕਿ ਕਾਮਯਾਬ ਹੋਇਆ ਤੁਹਾਨੂੰ ਸਮਝਾ ਪਾਇਆ ਨਹੀਂ ਸਮਝਾ ਪਾਇਆ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਓ ਜੇ ਕੋਈ ਤੁਹਾਡੇ ਦਿਮਾਗ ਦੇ ਵਿੱਚ ਡਾਊਟ ਰਹਿ ਗਿਆ ਹੋਏਗਾ ਨਾ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ 100% ਤੁਹਾਡਾ ਜਵਾਬ ਦਊਂਗਾ ਕਮੈਂਟ ਦਾ ਵੀ ਕੀ ਕਾਰਨ ਹੋਇਆ ਵੀ ਤੁਹਾਨੂੰ ਕੀ ਸਮਝ ਨਹੀਂ ਲੱਗਿਆ ਮੈਂ ਸਮਝਾਊਂਗਾ ਤੁਹਾਨੂੰ ਪਰਸਨਲੀ ਔਰ ਜੇ ਤੁਸੀਂ ਇੰਸਟਾਗ੍ਰਾਮ ਦੇ ਉੱਪਰ ਮੈਨੂੰ ਮੈਸੇਜ ਕਰੋਗੇ ਨਾ ਥੱਲੇ ਮੇਰੀ ਆਈਡੀ ਦਿੱਤੀ ਹੋਈ ਹੈ ਇੰਸਟਾਗ੍ਰਾਮ ਦੀ ਦਾ ਹੈਪੀਐਸਟ ਕਪਲ ਦੀ ਜੇ ਉੱਥੇ ਮੈਸੇਜ ਕਰੋਗੇ ਤਾਂ ਉੱਥੇ ਈਜ਼ੀ ਵੇ ਨਾਲ ਹੋਰ ਸਮਝਾ ਦੂੰਗਾ ਕਿਉਂਕਿ ਕਈ ਵਾਰ ਕਮੈਂਟਾਂ ਦੇ ਵਿੱਚ ਚੈਟ ਕਰਨੀ ਪੋਸੀਬਲ ਨਹੀਂ ਹੁੰਦੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰੋ ਮੈਂ ਤੁਹਾਨੂੰ ਉੱਥੇ ਪੂਰੀ ਡਿਟੇਲ ਦੇ ਵਿੱਚ ਸਮਝਾ ਦਾਂਗਾ ਜੇ ਤੁਹਾਨੂੰ ਨਹੀਂ ਸਮਝ ਲੱਗੀ ਔਰ ਮੈਂ ਡਾਇਰੈਕਟ ਤੁਹਾਨੂੰ ਕਾਲ ਤੇ ਵੀ ਗੱਲ ਕਰ ਸਕਦਾ ਇਸ ਚੀਜ਼ ਵਾਸਤੇ ਕਿਉਂਕਿ ਇਹ ਤਾਂ ਚੀਜ਼ ਫਾਇਦੇ ਦੀ ਚੀਜ਼ ਹੈ ਇਹਦੇ ਲਈ ਮੈਂ ਤੁਹਾਡੇ ਨਾਲ ਕਾਲ ਤੇ ਵੀ ਗੱਲ ਕਰ ਸਕਦਾ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਠੀਕ ਹੈ ਜੀ ਚਲੋ ਜੀ।